सर जदों 1947 की जंग हुई है साढ़े बुजुर्ग साल डेढ़ साल को दो साल धक्के धुके खाते कभी कदे कभी किसी भैन भरा को जदों कि आसरा नहीं मिले ये जगह खाली वेख के बजुर्ग इतने आन बैठे 1950-51 के इतने आन के बैठ के उदों तक सानू किसी ने कुछ नहीं किया उदों बेबाद ही ना को माल टाउन भी नहीं बचा ना गए खेत हैं सारे अही आन के इतने उदों के बैठ गए। जानकारी मिल रही है कि 47 की वंड वेले पाकिस्तान तो उजड़ के लोग इत्थे आए सीगे ते इत्थे छप्पड़ हुंदे सीगे छप्पड़ां तो बाद इत्थे लोकां ने वो छप्पड़ बंद करके अपने घर बनाए पर हुण नगर सुधार ट्रस्ट ने वो सारे ही मकान तोड़ दिते ने। साडी पंजवीं पीढ़ी चल रही इत्थे बैठिआं दी जदों उधरों उजड़ के लोग इधर बैठे से जां ते उदों ही ना बैठन दिंदे ते उदों ही कोई जगह दिंदे उहनां नूं चज्ज नाल बैठ जांदे इक थां हुण जे असीं बैठे वी आए ने पंजवीं पीढ़ी चल रही है साडी अंदर समान सारा पिया ही ढह ढेरी हो पता नहीं पुलिस आले कढ़िया किदा कित्या जे साडिया विच कीमती चीजा ही ओह सानू भर देणगे। एक सेठी ग्रुप है ये जिन भी इंप्रूवमेंट की जगह होंगी है ये मनजीत सिंह सेठी इंप्रूवमेंट ना रले है वो जगह अपने ना करवा के इंप्रूवमेंट भी चुप है खा खू के ये वेच के जब्त कर दे आधार कार्ड वोटर कार्ड आधार कार्ड वोटर कार्ड बैंक दिया कापियां हर चीज इतों की है सारे टैक्स आ असी उन्होंने स्यापे वह भी दिते आ भी आ किते दे साडे को आ लो आ चीजा ने वो साडी सुनिया ही नहीं वो साडिया सुनिया नहीं जे हुण चेयरमैन आ ਜਾਂ ਹੁਣ ਆਇਆ ਦੂਸਰੇ ਉਹਦੇ ਕੋ ਮਿਲ ਗਏ ਕਿਹਦੇ ਕੋ ਆਪਾਂ ਉਦਣ ਡੀਸੀ ਕੋ ਮਿਲ ਗਏ ਸੀਗੇ ਉਹਦੇ ਅੱਗੇ ਅਸੀਂ ਪੇਪਰ ਸਾਰੇ ਕੀਤੇ ਉਹਨੇ ਚੁੱਕ ਕੇ ਪੇਪਰ ਦੂਜੀ ਸਾਈਡ ਤੇ ਰੱਖੇ ਇੱਕ ਡੇਢ ਮਹੀਨਾ ਆਇਆ ਉਹਨੂੰ 70 ਸਾਲ ਦਾ ਕੀ ਪਤਾ। ਅਸੀਂ ਜੋ ਸਾਡੀ ਪ੍ਰਾਇਮਰੀ ਡਿਮਾਂਡ ਹਾਈ ਕੋਰਟ ਦੇ ਵਿੱਚ ਵੀ ਸੀ ਕਿਹਾ ਵੀ ਸਾਡੀ ਨਿਸ਼ਾਨਦੇਹੀ ਕਰਾਈ ਜਾਵੇ ਡਿਮਾਰਕੇਸ਼ਨ ਕਰਾਈ ਜਾਵੇ ਡਿਮਾਰਕੇਸ਼ਨ ਕਰਾਉਣ ਤੋਂ ਬਾਅਦ ਨਿਸ਼ਾਨਦੇਹੀ ਕਰਾਉਣ ਤੋਂ ਬਾਅਦ ਜਿੰਨੀ ਜਗ੍ਹਾ ਇੱਧਰ ਵਧੀ ਹੈ ਸੜਕ ਦੀ ਵਧਣੀ ਹੈ ਉਹਨੇ ਦੀ ਆਪ ਦੀ ਨਹੀਂ ਵਧਣੀ ਅਸੀਂ ਛੱਡਣ ਨੂੰ ਤਿਆਰ ਹਾਂ। लतीफपुर जलंधर दे विच मौजूद हाँ तो 9 तरीक नू नगर सुधार ट्रस्ट दे वल्लों इत्थे मकान जिहड़े ने ढाए गए ने पर लोग इत्थे आए किवें जिहड़ी इत्थों सानू वी जानकारी मिल रही है कि 47 दी वंड वेले पाकिस्तान तो उजड़ के लोग इत्थे आए सीगे ते इत्थे छप्पड़ हुंदे सीगे छप्पड़ां तो बाद इत्थे लोकां ने वो छप्पड़ बंद करके अपने घर बनाए पर हुण नगर सुधार ट्रस्ट ने वो सारे ही मकान तोड़ दिते ने। असल कहानी की सीगी किद्दां इत्थे लोग पहुँचे सीगे वो गलबात करांगे इत्थे लोकां दे ਨਾਲ ਸਾਡੇ ਨਾਲ ਕੁਝ ਮੌਜੂਦ ਨੇ। ਸਰ ਪੁਰਾਣੀ ਗੱਲ ਸ਼ੁਰੂ ਕਰੀਏ ਇੱਥੇ ਵਸੇ ਕਿਵੇਂ ਲੋਕ ਪਹੁੰਚੇ ਕਿਵੇਂ ਇੱਥੇ ਤੱਕ। ਅਸੀਂ ਸਰ ਜਦੋਂ 1947 ਦੀ ਜੰਗ ਹੋਈ ਹੈ ਸਾਡੇ ਬਜ਼ੁਰਗ ਸਾਲ ਡੇਢ ਸਾਲ ਕੋ ਦੋ ਸਾਲ ਧੱਕੇ ਧੁੱਕੇ ਖਾਧੇ ਕਦੀ ਕਿਤੇ ਕਦੀ ਕਿਸੇ ਭੈਣ ਭਰਾ ਕੋ ਜਦੋਂ ਕਿਤੇ ਆਸਰਾ ਨਹੀਂ ਮਿਲਿਆ ਇਹ ਜਗ੍ਹਾ ਖਾਲੀ ਵੇਖ ਕੇ ਬਜ਼ੁਰਗ ਇੱਥੇ ਆਣ ਬੈਠੇ 1950-51 ਦੇ ਇੱਥੇ ਆਣ ਕੇ ਬੈਠ ਕੇ ਉਦੋਂ ਤੱਕ ਸਾਨੂੰ ਕਿਸੇ ਨੇ ਕੁਛ ਨਹੀਂ ਕਿਹਾ ਉਦੋਂ ਬੇਬਾਦ ਹੀ ਨਾ ਕੋਈ ਮਾਲ ਟਾਉਣ ਵੀ ਨਹੀਂ ਬਚਿਆ ਨਾ ਗਏ ਖੇਤ ਹਨ ਸਾਰੇ ਅਸੀਂ ਆਣ ਕੇ ਤੇ ਇੱਥੇ ਉਦੋਂ ਦੇ ਬੈਠ ਗਏ ਆ। ਤੇ ਉਸ ਤੋਂ ਬਾਅਦ ਜਦੋਂ ਤੁਸੀਂ ਇੱਥੇ ਆ ਕੇ ਬੈਠੇ ਕੋਈ ਸਰਕਾਰ ਨੇ ਤੁਹਾਨੂੰ ਜ਼ਮੀਨ ਇੱਥੇ ਅਲਾਟ ਕੀਤੀ ਕਿ ਕੁਛ ਨਹੀਂ ਕਿ ਤੁਸੀਂ ਇੱਥੇ ਹਮੇਸ਼ਾ ਬੈਠੇ ਰਹੇ ਸੀ। ਕੋਈ ਅਲਾਟਮੈਂਟ ਕਿਸੇ ਨੂੰ ਵੀ ਨਹੀਂ ਹੋਈ। ਅੱਛਾ ਇਹ ਬੇਬਾਦ ਜ਼ਮੀਨ ਪਈ ਸੀ ਜਿੱਦਾਂ ਆਮ ਹੁੰਦੀ ਤੋਂ ਉਦੋਂ ਤੇ ਅਸੀਂ ਆਣ ਕੇ ਵਸੋਂ ਕਰ ਬੇਬਾਦ ਜ਼ਮੀਨ ਛੱਪੜ ਹਨ ਛੱਪੜਾ ਹੀ ਪੂਰ ਭਰ ਕੇ ਇਹਦੇ 3-4 ਛੱਪੜੇ ਅਸੀਂ ਪੂਰ ਭਰ ਕੇ ਛੱਪੜੇ ਬਣਾ ਲਈ ਹੈ ਇਹ ਉਦੋਂ ਇੰਪਰੂਵਮੈਂਟ ਟਰਸ ਵੀ ਨਹੀਂ ਹੁਣ ਚ ਆਇਆ ਇਹ ਵੀ ਬਾਅਦ ਚ ਆਇਆ ਇਹਨਾਂ ਨੇ ਕਿਤੇ 74-75 ਆਣ ਕੇ ਅਖਬਾਰ ਜ਼ਮੀਨ ਕੀਤੀ ਹੈ ਔਰ ਹੱਕ ਸਾਡਾ ਬਣਦਾ ਸੀ ਵੀ ਇਹ ਜ਼ਮੀਨ 'ਚ ਅਸੀਂ ਬੇਬਾਦ 'ਚ ਅਸੀਂ ਬੈਠੇ ਹਾਂ ਅਸੀਂ ਇਹਦੀ ਮੁੱਲ ਅਸੀਂ ਤਾਰਦੇ ਜਾਂ ਸਾਡੇ ਨਾਲ ਲੱਗ ਗਈ ਇਹਨਾਂ ਨੇ ਅੰਦਰੋਂ ਅੰਦਰ ਖਾਤੇ 'ਚ ਗੌਰਮੈਂਟ ਨੂੰ ਜ਼ਮੀਨ ਕੋਈ 100-150 ਦੇ ਹਿਸਾਬ ਨਾਲ ਜਮ੍ਹਾਂ ਕਰਾ ਕੇ ਇਹਨਾਂ ਨੇ ਅੰਦਰੋਂ ਅੰਦਰ ਖਰੀਦ ਲਈ ਹੈ। ਇੰਪਰੂਵਮੈਂਟ ਟਰਸਟ ਨੇ ਇੰਪਰੂਵਮੈਂਟ ਸਾਨੂੰ ਨਹੀਂ ਕਿਸੇ ਨੇ ਦੱਸਿਆ ਸਾਨੂੰ 20 ਸਾਲ ਕਿਸੇ ਨੇ ਕੋਈ ਨੋਟਿਸ ਕੋਈ ਲੈਣਾ ਦੇਣਾ ਸਾਨੂੰ ਕੁਛ ਨਹੀਂ ਆਉਂਦਾ ਸਾਨੂੰ ਅਸੀਂ 85 ਤੱਕ ਵੀ ਸਾਨੂੰ ਕਿਸੇ ਨੇ ਨੋਟਿਸ ਨਹੀਂ ਭੇਜਿਆ ਬਾਅਦ ਜਾਣ ਕੇ ਇਹਨਾਂ ਨੇ ਸਾਨੂੰ ਨੋਟਿਸ ਬਾਈ ਹੈਡ ਨਹੀਂ ਦਿੱਤਾ ਇਹਨਾਂ ਪਬਲਿਕ ਤੌਰ 'ਤੇ ਨੋਟਿਸ ਕੱਢਦੇ ਰਹੇ ਨੇ ਅਤੇ ਅਸੀਂ ਕੋਈ ਗੱਲ ਨਹੀਂ ਬਾਅਦ 'ਚ ਹੁਣ ਜਦੋਂ ਆਈ ਹੈ ਜ਼ਿਆਦੀ ਇਹ ਥੜ ਦੀ ਮੱਛੀ ਹੈ ਇਹ ਆਪੋ 'ਚ ਭੂ ਮਾਫੀਆ ਗਰੋਹ ਹੈ ਇੱਕ ਰਵਿੰਦਰ ਸਿੰਘ ਹੈ ਜੀ ਇੱਕ ਸੇਠੀ ਗਰੁੱਪ ਹੈ ਇਹ ਜਿੰਨ ਵੀ ਇੰਪਰੂਵਮੈਂਟ ਦੀ ਜਗ੍ਹਾ ਹੁੰਦੀ ਹੈ
ਅਮਰਜੀਤ ਸਿੰਘ ਸੇਠੀ ਇੰਪਰੂਵਮੈਂਟ ਨਾਲ ਰਲਿਆ ਉਹ ਜਗ੍ਹਾ ਆਪਣੇ ਨਾਂ ਕਰਵਾ ਕੇ ਇੰਪਰੂਵਮੈਂਟ ਵਿੱਚੋਂ ਪੈਸੇ ਖਵਾ ਖੂ ਕੇ ਇਹ ਵੇਚ ਕੇ ਤੇ ਜ਼ਬਤ ਕਰ ਜਾਂਦੇ। ਕੇਸ ਕਦੋਂ ਸ਼ੁਰੂਆਤ ਹੋਈ, ਕੇਸ ਕਦੋਂ ਲੱਗਿਆ ਜ਼ਮੀਨ? ਕੇਸ ਸਾਡੇ ਆੜ ਕੇ 90-91 ਚ ਲੱਗੇ ਹਨ, ਅਸੀਂ ਉਹ ਚ ਜਿੱਤੇ ਹਾਂ, 14 ਜਿੱਤੇ ਹਾਂ, ਪਹਿਲਾਂ ਵੀ ਜਿੱਤੇ ਹਾਂ 6 ਚ, ਇਹਨਾਂ ਨੇ ਸਾਡਾ ਵੀ ਨਿਲ ਕਰ ਦਿੱਤਾ, ਇਹਨਾਂ ਦੇ ਜੀ ਅਸੀਂ ਕੇਸ ਤੁਹਾਡੇ ਨੂੰ ਜਾਣਦੇ ਕੁਛ ਨਹੀਂ। ਫਿਰ ਇਹ 12 ਚ ਇਹ ਜਦੋਂ ਆਪੋਜਿਟ ਪਾਰਟੀਆਂ ਦੋ ਬਣ ਗਈਆਂ, ਆਪੋ ਜੀ ਭੂ ਮਾਫੀਆ ਅਤੇ ਮਨਜੀਤ ਸਿੰਘ ਸੇਠੀ ਅਤੇ ਰਵਿੰਦਰ ਸਿੰਘ, ਇੱਕ ਪਾਰਟੀ ਬਣ ਗਿਆ, ਇੱਕ ਨੇ ਰਿੱਟ ਪਾਤੀ, ਮੌਕਾ ਇਹਨਾਂ ਨੇ ਸਾਡਾ ਲਿਖਾ ਦਿੱਤਾ ਵੀ ਇਹ ਕਬਜ਼ੇ ਨੇ, ਆਪੋ ਜੀ ਇੱਕ ਜਿੱਤਿਆ ਇੱਕ ਹਾਰਿਆ, ਨਾ ਇਹਨਾਂ ਸਾਡਾ ਲੈ ਦਿੱਤਾ, ਅਸੀਂ 14 ਜਾਣ ਕੇ ਉਹ ਜਿੱਤ ਗਏ ਹਾਂ, ਸਾਡਾ 14 ਤਾਂ ਫਿਰ ਨਹੀਂ ਮੰਨਦੇ। ਇਹ ਕਹਿੰਦੇ ਨਹੀਂ ਜੀ ਇਹ ਧੱਕੇਸ਼ਾਹੀ ਨਾਲ ਕੀਤੀ ਸਾਡੇ 'ਤੇ, ਨਹੀਂ ਜੀ ਤੁਹਾਡੀ ਜਗ੍ਹਾ ਨਹੀਂ, ਤੁਹਾਡੀ ਜਗ੍ਹਾ ਨਹੀਂ। ਅਸੀਂ ਇਹ ਚਾਹੁੰਦੇ ਹਾਂ ਵੀ ਜੇ ਸਾਡੀ ਜਗ੍ਹਾ ਨਹੀਂ, ਅਸੀਂ ਇੰਨੇ ਚਿਰ ਦੇ ਬੈਠੇ ਹਾਂ, ਤੁਹਾਡੀ ਪਹਿਲਾਂ ਜਗ੍ਹਾ ਕਿੱਥੋਂ ਆ ਗਈ? ਬੈਠੇ ਤਾਂ ਬਚਪਨ ਸਾਡਾ, ਮੇਰੇ ਤੋਂ ਵੱਡਾ ਬ੍ਰਦਰ ਹੀ ਇੱਥੋਂ ਮਾਮੇ ਦਾ ਲੜਕਾ, ਉਹਦਾ 52 ਦਾ ਇੱਥੋਂ ਦਾ ਜਨਮ ਜੇ, 59 ਦਾ ਮੇਰਾ ਆਪਣਾ ਜਨਮ ਇੱਥੋਂ ਦਾ, ਅਸੀਂ ਬੱਸੇ ਇੱਥੇ ਆ, ਬਜ਼ੁਰਗ ਸਾਡੇ ਤਾਂ ਤੀਜੀ ਪੀੜ੍ਹੀ ਸਾਡੀ ਚੱਲਣ ਡੀ ਚੌਥੀ। ਅਸੀਂ ਇਹ ਚਾਹੁੰਦੇ ਹਾਂ ਵੀ ਸਾਨੂੰ ਕੋਈ ਇਨਸਾਫ ਤਾਂ ਮਿਲੇ ਕਿਸੇ ਬੰਨਿਓ। ਅੰਕਲ ਤੁਸੀਂ ਕਿੰਨੀ ਕੁ ਦੇਰ ਤੋਂ ਇੱਥੇ ਰਹਿ ਰਹੇ ਹੋ? ਦੇਖੋ ਜੀ ਮੇਰੇ ਫਾਦਰ ਸਾਹਿਬ ਆਏ ਅਤੇ ਮੇਰੀ 53 ਸਾਲ ਉਮਰ ਇੱਥੇ ਦੀ ਹੈ। ਅੱਛਾ ਜੀ। ਮੈਂ ਇੱਥੋਂ ਦਾ ਹੀ ਪੜ੍ਹਿਆ ਲਿਖਿਆ। ਜੰਮੇ ਵੀ ਇੱਥੇ ਸੀ? ਹਾਂਜੀ, ਪਹਿਲੀ ਤੋਂ 5ਵੀਂ ਤੱਕ ਗੌਰਮੈਂਟ ਸਕੂਲ, 6ਵੀਂ ਤੋਂ 8ਵੀਂ ਤੱਕ ਸਿੱਖਣਾ ਸਮੈਟਰਿਕ ਸਕੂਲ ਗੁਰੂ ਸਿੰਘ ਸਭਾ ਗੁਰਦੁਆਰਾ ਮਾਲ ਟਾਊਨ, 8ਵੀਂ ਤੋਂ 10ਵੀਂ ਤੱਕ ਸੀਨੀਅਰ ਮਾਡਲ ਸਕੂਲ ਦਾਡੋਵਾਈ ਰੋਡ, ਉਸ ਤੋਂ ਬਾਅਦ ਚਹਾਰ ਬਾਗ PA ਕਾਲਜ ਹੁੰਦਾ ਸੀ ਉਹ 'ਚ ਦਾਖਲਾ ਲਿਆ, ਉਸ ਤੋਂ ਬਾਅਦ ਮੈਂ ਪੜ੍ਹਾਈ ਛੱਡ ਦਿੱਤੀ, ਇੰਡਸਟਰੀਅਲ ਕੰਮ ਕੀਤਾ 18 ਰੁਪਏ ਦਿਹਾੜੀ 'ਤੇ, ਅਸੀਂ ਕੱਚੇ ਮਕਾਨਾਂ 'ਚ ਰਹਿੰਦੇ। ਸਾਨੂੰ 2006 'ਚ ਜਦੋਂ ਇਹਦਾ ਕੇਸ ਆਇਆ ਤਾਂ ਕੇਸ 2006 'ਚ ਸਾਡੇ ਹੱਕ 'ਚ ਹੋਇਆ, 2006 'ਚ ਹੋਇਆ ਅਤੇ ਉਸ ਤੋਂ ਬਾਅਦ ਕੇ ਇਹਨਾਂ ਨੇ ਕੋਈ ਗੱਲ ਕੀਤੀ, 2012 'ਚ ਇਹਨੇ ਰਵਿੰਦਰ ਸਿੰਘ ਨੇ ਰਿੱਟ ਪਾ ਦਿੱਤੀ, ਉਹਦੇ 2014 'ਚ ਫਿਰ ਸਾਡੇ। ਚਲੋ ਆਹ ਸਭ ਤੋਂ ਉਹਨਾਂ ਨੇ ਦੱਸਤਾ ਅੰਕਲ ਜੀ ਨੇ, ਤੁਸੀਂ ਦੱਸੋ ਤੁਸੀਂ ਤੁਹਾਨੂੰ ਇੱਥੇ ਬਿਜਲੀ ਦੇ ਬਿੱਲ ਆਉਂਦੇ ਹੁੰਦੇ ਸੀਗੇ, ਤੁਹਾਡੇ ਆਧਾਰ ਕਾਰਡ, ਵੋਟਰ ਕਾਰਡ, ਵੋਟਰ ਕਾਰਡ, ਬੈਂਕ ਦੀਆਂ ਕਾਪੀਆਂ, ਹਰ ਚੀਜ਼ ਇੱਥੋਂ ਦੀ ਆ। ਮੇਰੇ ਬੱਚੇ ਇੱਕ ਦਾ 30 ਸਾਲ ਦੀ ਉਮਰ ਹੈ, ਇੱਕ ਦੀ 28 ਸਾਲ, ਇੱਕ ਦੀ 26 ਸਾਲ ਦੀ ਲੜਕੀ ਦੀ, ਰਾਣਾ ਹੋਸਪਿਟਲ ਪੈਦਾ ਹੋਇਆ, ਕਾਰਪੋਰੇਸ਼ਨ 'ਚ ਉਹਦਾ ਰਿਕਾਰਡ, 40 ਸਾਲ ਦੀ ਡੈਥ ਹੋਈ ਮੇਰੇ ਫਾਦਰ ਸਾਹਿਬ ਦੀ, ਕਾਰਪੋਰੇਸ਼ਨ 'ਚ ਰਿਕਾਰਡ। ਉਹ ਮੈਨੂੰ ਇੱਕ ਮੈਂ ਅਫਸਰ ਦੇ ਮੈਨੂੰ ਪੁੱਛਿਆ ਵੀ ਤੁਸੀਂ ਤਾਂ ਇੱਥੋਂ ਦਾ ਹੈ ਜੀ, ਅਤੇ ਮੈਂ ਕਿਹਾ ਜੀ ਜਿਹੜੇ ਰਾਸ਼ਨ ਕਾਰਡ ਬਣੇ, ਆਧਾਰ ਕਾਰਡ ਬਣੇ, ਸਰਟੀਫਿਕੇਟ ਬਣੇ, ਇਹ ਕਿੱਥੋਂ ਦੇ ਆ? ਹੁਣ ਜੇ ਸਾਨੂੰ ਦੂਜੀ ਜਗ੍ਹਾ ਜਾਂਦੇ ਹਾਂ, ਰਾਸ਼ਨ ਕਾਰਡ ਅਪਲਾਈ, ਆਧਾਰ ਕਾਰਡ ਅਪਲਾਈ, ਸਕੂਲਾਂ ਦੀ ਪੜ੍ਹਾਈ ਅਸੀਂ ਕਾਹਦੇ ਲਈ ਕੀਤੀ? ਬੇਕਾਰ। ਇਹ ਸਰਕਾਰ ਨਾਲ ਦੱਸੇ ਵੀ ਜੇ ਇੱਥੋਂ ਦੇ ਸਾਰਾ ਕੁਝ ਹੋਣ ਦੇ ਬਾਵਜੂਦ ਤੁਸੀਂ ਸਾਡੇ ਨਾਲ ਇਹ ਧੱਕਾਸ਼ਾਹੀ ਕਰਦੀ ਤਾਂ ਸਾਨੂੰ ਅੰਧੇਰੇ 'ਚ ਰੱਖਿਆ। ਅਸੀਂ DC ਸਾਹਿਬ ਨੂੰ 3 ਵਾਰੀ ਲਗਾਤਾਰ ਮਿਲੇ ਹਾਂ, ਅਸੀਂ ਕਿਹਾ ਜੀ ਸਾਡੇ ਇੱਦਾਂ, ਅਸੀਂ ਤਲਾਬਿੰਦ ਕੀਤਾ, ਗੋਂਗਲਾਂ ਨਾਲ ਮਿੱਟੀ ਲਾਤੀ, ਕੋਈ ਗੱਲ ਨਹੀਂ ਜੀ ਮੈਂ ਦੇਖਦਾ। 16 ਦਿਨ ਪਹਿਲਾਂ ਇਹ ਸਾਰੇ ਅਫਸਰ ਚੇਂਜ ਹੋਏ ਆ, ਆਪਣੇ ਚੇਅਰਮੈਨ ਸਗੇੜਾ ਸਾਹਿਬ ਦੇ ਦਫ਼ਤਰ ਗਿਆ, ਭਾਅ ਜੀ ਮੈਂ ਦੱਸ ਨਹੀਂ ਸਕਦਾ ਜੋ ਮੈਂ ਆਪਣੇ ਹਿਸਾਬ ਨਾਲ ਕੀਤਾ, ਮੈਂ ਆਪਣੇ ਇਕੱਲੇ ਘਰ ਵਾਸਤੇ ਨਹੀਂ ਕੀਤਾ, ਪੂਰੇ ਮਹੱਲੇ ਵਾਸਤੇ ਕਿ ਇੱਥੇ ਆਪਣੀਆਂ ਫੈਮਲੀਆਂ। ਇਹ ਪਾਕਿਸਤਾਨ ਨੂੰ ਜ਼ਿਆਦਾ ਬੁਰਾ ਹਾਲ ਇਸ ਕਰਕੇ ਹੋ ਗਿਆ ਕਿ ਉਹ ਤਾਂ ਵੰਡ ਕੇ ਅਤੇ ਛੁਰੀ ਚੜ ਗਏ ਹੋਣਗੇ, ਅਤੇ ਸਾਡੇ ਰੁਜ਼ਗਾਰ ਵੀ ਬੰਦ ਸਾਡੇ ਉਹ ਵੀ। ਮੈਂ ਸਗੇੜਾ ਸਾਹਿਬ ਦੇ ਸਾਹਮਣੇ ਆਪਣੀ ਜਿਹੜਾ ਬਿਲਕੁਲ ਦੁਨੀਆ ਦੀ ਕਰੋੜਾਂ ਰੁਪਏ ਦੀ, ਅਰਬਾਂ ਰੁਪਏ ਦੀ ਜਾਇਦਾਦ ਦੇ ਦੇ ਅਤੇ ਮੈਂ ਠੋਕਰ ਮਾਰਦੇ ਹਾਂ, ਮੈਂ ਆਪਣੇ ਸਿਰ ਦਾ ਤਾਜ ਪੱਗ ਲਾ ਕੇ ਉਹਦੇ ਅੱਗੇ ਕੀਤੀ ਜਾਊ ਕਿ ਸਗੇੜਾ ਸਾਹਿਬ ਚੇਅਰਮੈਨ ਸਾਹਿਬ ਬੱਚੇ ਛੋਲੋ ਰਹੇ ਸੈਲਰੀ ਦਿੰਦੇ, ਮੈਨੂੰ ਕਹਿੰਦਾ ਜੀ ਦਫ਼ਤਰ 'ਚੋਂ ਬਾਹਰ ਹੋ ਜਾਓ, ਇਹ ਵਰਡ ਉਹਦੇ ਆ, ਸੋਢੀ ਸਾਹਿਬ ਲਾਗੇ ਬੈਠੇ। ਆਂਟੀ ਤੁਸੀਂ ਤੁਹਾਨੂੰ ਵੀ ਕਿੰਨੇ ਕੁ ਸਾਲ ਹੋ ਗਏ ਇੱਥੇ ਰਹਿੰਦੇ ਹਨ? ਸਾਡਾ ਤਾਂ ਇੱਥੋਂ ਦਾ ਹੀ ਜੰਮ ਪਲ ਵਾ, ਅਸੀਂ ਉਹਨੂੰ ਸੰਨ ਕਿਹੜੇ ਦੱਸੀਏ, ਠੀਕ ਹੈ ਨਾ, ਅਤੇ ਅਸੀਂ ਕੁਛ ਦੱਸ ਨਹੀਂ ਸਕਦੇ। ਤੁਹਾਨੂੰ ਅੱਜ ਦੇ ਹਾਲਾਤ ਪੁੱਛੋ ਕਿ ਤੁਹਾਡੇ ਨਾਲ ਕੀ ਹੋਏ ਨੇ, ਪਹਿਲੇ ਤਾਂ ਬਹੁਤ ਬਹੁਤ ਪੁੱਛ ਕੇ ਜਾ ਰਹੇ ਨੇ, ਉਹਨਾਂ ਸਭ ਨੂੰ ਹੀ ਪਤਾ ਹੈ ਕੀ ਗੱਲ, ਭਗਵੰਤ ਮਾਨ ਨੂੰ ਆਹ ਚੀਜ਼ਾਂ ਨਹੀਂ ਜਾ ਰਹੀਆਂ, ਸਭ ਕੁਛ ਪਤਾ ਹੈ। ਇਸ ਟਾਈਮ ਜਿੱਦਣ ਉਹ ਆਈ ਸੀ, ਇੰਨੀ ਪੁਲਿਸ ਆਈ ਸੀ ਇੱਥੋਂ, ਇੰਨੀਆਂ ਲੇਡੀਜ਼ ਨੂੰ ਧੂ ਧੂ ਕੇ, ਮੇਰੇ ਇੰਨਾ ਕੁ ਬੁਰਾ ਹਾਲ ਮੇਰੇ ਬੱਚੇ ਦਾ ਅਤੇ ਮੇਰਾ ਕੀਤਾ ਸੀ, ਇੱਕ ਘਰ ਦੇ 5 ਜੀਅ ਲੈ ਗਏ ਅਤੇ ਅੰਦਰ ਸਮਾਨ ਸਾਰਾ ਪਿਆ ਸੀ, ਢਹਿ ਢੇਰੀ ਹੋਣ ਦਿਆ ਸੀਗਾ, ਪਤਾ ਨਹੀਂ ਪੁਲਿਸ ਵਾਲਿਆਂ ਕੱਢਿਆ ਕਿੱਦਾਂ ਕੀਤੀਆਂ, ਜੇ ਸਾਡੀਆਂ ਵਿੱਚ ਕੀਮਤੀ ਚੀਜ਼ਾਂ ਸੀ ਉਹ ਸਾਨੂੰ ਭਰ ਦੇਣਗੇ, ਹੈਂ, ਬੱਚੇ ਨੂੰ ਵੀ ਲੈ ਗਏ, ਬੇਟੀ ਨੂੰ ਵੀ ਲੈ ਗਏ, ਮੇਰੀ ਸਿਸਟਰ ਆਈ ਸੀ ਉਹਨੂੰ ਵੀ ਲੈ ਗਏ, ਹੈਂ, ਮੇਰੀ ਵੱਡ ਮੈਨੂੰ ਵੀ ਲੈ ਗਏ, ਮੈਨੂੰ ਦੱਸੋ ਅਸੀਂ ਕੀ ਕਰ ਸਕਦੇ ਹਾਂ।
इन्हें इन्हें छत्तां जी तोड़ दित्तियां ने करलाउंदी दुनिया का इन्हां ने वेख्या नहीं कुछ बच्चे बैठे हुए आ पर छत बहुत जरूरी आ छत असी छत पावांगे प्लाट लावांगे ते जां कोई बिजनेस सानू दिता है गवर्नमेंट जॉब इन्हें परिवारां दे विचों वेखो किनू दित्ती आ सारा भरदे हुंदे सी इत्थे सब कुछ असी भर रहे आ सारे टैक्स आ असी उन्हां दे स्यापे ओ भी दित्ते आ भी आ कीते दे साडे को आ लो आ चीजां ने ओ साडी सुनियां ही नहीं ओ साडी सुनियां नहीं जे हुण चेयरमैन आ जां हुण आया दूसरे ओदे को मिल गए किहदे को आपां उदन डीसी को मिल गए सीगे ओदे अगे असी पेपर सारे कीते उन्हें चुक के पेपर दूजी साइड ते रखे एक डेढ़ महीना आया ओनू 70 साल दा की पता ओनू की पता इस 70 साल च दुनिया किदा दी वसदी आ गरीब वसदे अमीर वसदे आ उन्होंने डेढ़ महीने दे विच इन्ने 70 परिवार जेडे ढह ढेरी करके रख दिते ने उन्हें इंसाफी की दी है साडे नाल असी ते इंसाफ ही मंगदे आ इन्नू सानू इंसाफ मिलना चाहीदा साडे परिवारां दीआं छत्तां मिलनियां चाहीदियां तुसी भई बहुत कागज लैके इत्थे खड़े हो काहदे कागज ने इह जो हुण तक केस चले ने जी ਕਿਵੇਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਲੈਂਡ ਐਕੁਜੀਸ਼ਨ ਜਿਹੜਾ ਐਕਟ ਸੀਗਾ ਉਹਦੇ ਅਧੀਨ ਇਹਨਾਂ ਨੇ ਲੈਂਡ ਐਕੁਆਇਰ ਕੀਤੀ ਹੈ ਇੰਪਰੂਵਮੈਂਟ ਟਰੱਸਟ ਨੇ ਉਹਦੇ ਕਾਗਜ਼ ਨੇ ਸਾਰੇ ਜੀ ਇਹਨਾਂ ਨੇ ਹੁਣ ਤੱਕ ਜਿਹੜੀ ਲੈਂਡ ਐਕੁਆਇਰ ਕੀਤੀ ਜੋ ਸਾਰਾ ਤੁਸੀਂ ਪੜੋਗੇ ਉਹ ਹੈਗਾ 16 ਕਨਾਲਾਂ ਦੇ 8 ਮਰਲੇ ਜੀ ਅੱਛਾ ਜੀ ਆਹ 4 ਨੰਬਰ ਨੇ ਰਕਬੇ ਜੀ 35 70 35 69 35 68 35 67 ਜੀ ਇਹ ਇਸ ਸੜਕ ਤੋਂ ਸਾਰੇ ਇਧਰਲੇ ਪਾਸੇ ਐਕੁਆਇਰ ਕਰਤੇ ਹੋ ਸਿਰੇ ਤੱਕ ਜੀ ਠੀਕ ਹੈ ਇੱਧਰ ਨਹੀਂ ਆਉਂਦਾ ਕੁਝ ਵੀ ਜੀ ਅੱਛਾ ਠੀਕ ਹੈ ਜੀ ਇਸ ਆਹ ਦੇਖੋ ਲੈਂਡ ਐਕੁਜੀਸ਼ਨ ਕਲੈਕਟਰ ਇੰਪਰੂਵਮੈਂਟ ਟਰੱਸਟ ਨੇ ਅੱਛਾ ਅੱਛਾ ਮਤਲਬ ਮਕਾਨ ਇਧਰਲੇ ਪਾਸੇ ਸੀਗੇ ਤੇ ਐਕਵਾਇਰ ਇਧਰਲੇ ਪਾਸੇ ਲਈ ਕੀਤੇ ਆ ਇਧਰਲੇ ਪਾਸੇ ਹੋਇਆ ਜੀ ਠੀਕ ਹੈ ਅਸੀਂ ਜੋ ਸਾਡੀ ਪ੍ਰਾਇਮਰੀ ਡਿਮਾਂਡ ਹੈ ਹਾਈ ਕੋਰਟ ਦੇ ਵਿੱਚ ਵੀ ਅਸੀਂ ਕਿਹਾ ਵੀ ਸਾਡੀ ਨਿਸ਼ਾਨਦੇਹੀ ਕਰਾਈ ਜਾਵੇ ਜੀ ਡਿਮਾਰਕੇਸ਼ਨ ਕਰਾਈ ਜਾਵੇ ਡਿਮਾਰਕੇਸ਼ਨ ਕਰਾਉਣ ਤੋਂ ਬਾਅਦ ਨਿਸ਼ਾਨਦੇਹੀ ਕਰਾਉਣ ਤੋਂ ਬਾਅਦ ਜਿੰਨੀ ਜਗ੍ਹਾ ਇੱਧਰ ਵੱਧੀ ਹੈ ਸੜਕ ਦੀ ਵਧਣੀ ਹੈ ਉਹਨੇ ਦੀ ਆਪ ਦੀ ਨਹੀਂ ਵਧਣੀ ਅਸੀਂ ਛੱਡਣ ਨੂੰ ਤਿਆਰ ਹਾਂ ਜੀ ਠੀਕ ਹੈ ਜੀ ਹੁਣ ਉਹ ਦੋ ਬੰਦੇ ਰਲ ਕੇ ਕਿਸੇ ਨੂੰ ਪਤਾ ਵੀ ਨਹੀਂ ਕੇਸ ਚੱਲਦਾ ਹੈ ਇੱਕ ਨੇ ਕਹਿ ਤਾ ਵੀ ਤੁਸੀਂ ਕੋਰਟ 'ਚ ਪ੍ਰੋਡਿਊਸ ਨਹੀਂ ਹੋਣਾ ਹੈਗਾ ਕੰਟੈਂਪਟ ਆਫ ਕੋਰਟ ਲੱਗੇ ਸੁਪਰੀਮ ਕੋਰਟ ਦੇ ਵਿੱਚ ਜੀ ਠੀਕ ਹੈ ਉਹਦੇ ਆਰਡਰ ਆਏ ਨੇ ਜੀ ਬਸ ਦੋਨੋਂ ਹੀ ਰਲੇ ਹੋਏ ਨੇ ਭੂ ਮਾਫੀਏ ਸਾਰੇ ਇੰਪਰੂਵਮੈਂਟ ਟਰੱਸਟ ਵਾਲੇ ਨਾਲ ਜਿੱਥੇ ਜਿੱਥੇ ਨਿਸ਼ਾਨਦੇਹੀ ਕਰਕੇ ਗਏ ਨੇ ਉੱਥੋਂ ਵੀ 20 ਫੁੱਟ ਅੱਗੇ ਚਲੇ ਗਏ ਜੀ ਇਹ ਸਾਰਾ ਕੁਛ ਹੈ ਇਹ ਸਾਰੇ ਸਿਰੇ ਤੋਂ ਲੈ ਕੇ ਇਹ ਲੈਂਡ ਐਕਵਾਇਰ ਹੈ ਅੱਛਾ ਇੱਧਰ ਹੀ ਲੈਂਡ ਕੋਈ ਐਕਵਾਇਰ ਨਹੀਂ ਹੈਗੀ ਬਕਾਇਦਾ ਇਹਦੇ ਵਿੱਚ ਸਾਡੇ ਕੋਲ ਮਕਾਨ ਕਿੰਨੇ ਸੀਗੇ 40 ਲਗਭਗ 40 ਮਕਾਨ ਸੀਗੇ 40 ਪਰਿਵਾਰ ਰਹਿੰਦੇ ਨੇ ਇਹਦੇ ਵਿੱਚ ਆਹ ਦੇਖੋ ਜੀ ਸਾਡੇ ਕੋਲ ਜੀ ਜਿਹੜਾ ਨਾ ਇਹ ਜਦੋਂ ਮਾਲ ਮਹਿਕਮੇ ਦਾ ਪਟਵਾਰੀ ਸੀਗਾ ਜੀ ਠੀਕ ਹੈ ਜੀ ਸੁਖਦੇਵ ਸਿੰਘ ਪਟਵਾਰੀ ਉਹਨਾਂ ਦਾ ਬਕਾਇਦਾ ਐਫੀਡੈਵਿਟ ਹੈ ਬਿਆਨ ਹੈ ਵੀ ਸਾਡੇ ਕੋਲ 16 ਕਨਾਲਾਂ ਤੇ 8 ਮਰਲੇ ਐਕਵਾਇਰਡ ਹੈ ਇਸ ਤੋਂ ਵੱਧ ਜ਼ਮੀਨ ਸਾਡੀ ਨਹੀਂ ਆਉਂਦੀ ਹੈ ਬਕਾਇਦਾ ਹਾਈਕੋਰਟ ਦੇ ਵਿੱਚ ਉਹਦਾ ਬਿਆਨ ਦਿੱਤਾ ਹੋਇਆ ਜਦੋਂ ਇਹ ਬਿਆਨ ਦੇ ਕੇ ਆਏ ਨੇ ਹਫ਼ਤੇ ਬਾਅਦ ਇਹਨਾਂ ਨੂੰ ਉਹਨਾਂ ਨੇ ਡਿਸਮਿਸ ਕਰਤਾ ਜੀ ਭੂ ਮਾਫੀਆ ਨੇ ਵੀ ਰਲਾ ਕੇ ਜੀ ਸਭ ਰਲੀ ਮਿਲੀ ਗੇਮ ਹੈ 16 ਕਨਾਲ 8 ਮਰਲੇ ਤੋਂ ਵੱਧ ਨੇ ਜਗ੍ਹਾ ਹੈ ਨਹੀਂ ਟੋਟਲ ਜਗ੍ਹਾ 27 ਕਨਾਲ 8 ਸੁਪਰੀਮ ਕੋਰਟ ਦਾ ਆਰਡਰ ਆਇਆ ਤੁਹਾਨੂੰ ਉਹਦੇ ਕੇਸ ਬਾਰੇ ਪਤਾ ਸੀਗਾ ਜਿਹੜਾ ਆਰਡਰ ਹੁਣ ਆਇਆ ਸੀਗਾ ਨਹੀਂ ਬਿਲਕੁਲ ਵੀ ਨਹੀਂ ਪਤਾ ਜੀ ਦੋ ਬੰਦੇ ਨੇ ਜੀ ਮਨਜੀਤ ਸੇਠੀ ਤੁਹਾਡੇ ਵੱਲੋਂ ਕੋਈ ਵਕੀਲ ਵੀ ਪੇਸ਼ ਨਹੀਂ ਸੀਗਾ ਜਾਂ ਸਾਨੂੰ ਪਤਾ ਨਹੀਂ ਕਿਸੇ ਨੇ ਕੇਸ ਹੀ ਨਹੀਂ ਕਰਿਆ ਜੀ ਦੋਨਾਂ ਬੰਦਿਆਂ ਨੇ ਉਹਨਾਂ ਦੀ ਜਗ੍ਹਾ ਵੀ ਹੈ ਨਹੀਂ ਇੱਥੇ ਦੋਨੋਂ ਬੰਦਿਆਂ ਦੀ ਜਗ੍ਹਾ ਵੀ ਹੈ ਨਹੀਂ ਜਗ੍ਹਾ ਆਹ ਦਿਖਾਤੀ ਪੇਸ਼ਾਬ ਹੋ ਗਏ ਠੀਕ ਹੈ ਜੀ ਇੱਕ ਨੂੰ ਕਹਿ ਤਾ ਵੀ ਨਾ ਤਾਂ ਤੂੰ ਆਪਣਾ ਵਕੀਲ ਪੇਸ਼ ਕਰਨਾ ਨਾ ਤੂੰ ਆਪ ਪੇਸ਼ ਹੋਣਾ ਉੱਥੇ ਠੀਕ ਹੈ ਜੀ ਉਹ ਕੰਟੈਂਪਟ ਆਫ ਕੋਰਟ ਲੱਗੀ ਆ ਉਹਦੇ ਕਰਕੇ ਜਿਹੜੀ ਇਹਨਾਂ ਨੇ ਕਾਰਵਾਈ ਕਰਤੀ ਹੈ ਵੀ ਉਹਨਾਂ ਨੂੰ ਪਤਾ ਸੀਗਾ ਵੀ ਇੰਨਾ ਲਾਮ ਲਸ਼ਕਰ ਆ ਰਿਹਾ ਵੀ ਵਾਰ ਵਾਰ ਤਾਂ ਆਉਣਾ ਨਹੀਂ ਹੈਗਾ ਵੀ ਜੋ ਹੁਣ ਢੱਠਦਾ ਵੀ ਢਾਲੋ ਬਸ ਆਂਟੀ ਕਿਸ ਤਰ੍ਹਾਂ ਹੁਣ ਸਿਆਲਾਂ ਦਾ ਸਮਾਂ ਇੱਕੋ ਦਮ ਆ ਕੇ ਤੁਹਾਡੇ ਮਕਾਨ ਢਾ ਗਏ ਹਾਂਜੀ ਵੀਰੇ ਤੁਸੀਂ ਦੇਖ ਸਕਦੇ ਆ ਕਿ ਜਿਹੜੇ ਸਾਡੇ ਵੱਡੇ ਆ ਸਾਡੀ ਪੰਜਵੀਂ ਪੀੜ੍ਹੀ ਚੱਲ ਰਹੀ ਹੈ ਇੱਥੇ ਬੈਠਿਆਂ ਦੀ ਜਦੋਂ ਉਧਰੋਂ ਉੱਜੜ ਕੇ ਲੋਕੀ ਇੱਧਰ ਬੈਠੇ ਸੀ ਜਾਂ ਤੇ ਉਦੋਂ ਹੀ ਨਾ ਬੈਠਣ ਦਿੰਦੇ ਤੇ ਉਦੋਂ ਹੀ ਕੋਈ ਜਗ੍ਹਾ ਦਿੰਦੇ ਉਹਨਾਂ ਨੂੰ ਉਹ ਚੱਜ ਨਾਲ ਬੈਠ ਜਾਂਦੇ ਇੱਕ ਥਾਂ ਹੁਣ ਜੇ ਅਸੀਂ ਬੈਠੇ ਵੀ ਆ ਇਹਨੇ ਪੰਜਵੀਂ ਪੀੜ੍ਹੀ ਚੱਲ ਰਹੀ ਹੈ ਸਾਡੀ ਤੇ ਉਹਨਾਂ ਨੂੰ ਹੁਣ ਜਾੜ ਕੇ ਇਹਨਾਂ ਨੇ ਸੜਕਾਂ ਤੇ ਲੈਣ ਦਾ ਕੀ ਗੱਲ ਸਾਡੇ ਅਸੀਂ ਇਨਸਾਨ ਨਹੀਂ ਸਿੱਖ ਪਰਿਵਾਰ ਸਾਰੇ ਬੈਠੇ ਹੋਏ ਸੀਗੇ ਤੇ ਇਹਨਾਂ ਨੇ ਇੰਨਾ ਕੁ ਉਜਾੜਾ ਕਰ ਦਿੱਤਾ ਕਿ ਸਾਨੂੰ ਵਸਦੇ ਹੁਣ ਬੱਚੇ ਜਵਾਨ ਆ ਹੁਣ ਬੱਚਿਆਂ ਦੀ ਦੇਖ ਰੇਖ ਕਰਾਂਗੇ ਕਿ ਜਾਂ ਥਾਂ ਲਵਾਂਗੇ ਜਾਂ ਘਰ ਬਣਾਵਾਂਗੇ ਕੀ ਕੁਛ ਕਰਾਂਗੇ ਅਸੀਂ ਹਾਂਜੀ ਇੱਕ ਨਾ ਸਾਡੇ ਕੋਲ ਲਿੰਕ ਹੈ ਜੀ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਦਿੰਦਾ ਤੁਹਾਡੇ ਵਟਸਐਪ ਦੇ ਉੱਪਰ ਠੀਕ ਹੈ ਜੀ ਉਸ ਲਿੰਕ ਦੇ ਵਿੱਚ ਪਾਕਿਸਤਾਨ ਤੋਂ ਬੀਬੀ ਜੀ ਨੇ 100 ਸਾਲ ਤੋਂ ਉੱਪਰ ਇਹਨਾਂ ਦੀ ਉਮਰ ਹੈ ਉਹਨਾਂ ਦਾ ਇਹ ਪਿੰਡ ਹੁੰਦਾ ਸੀ ਲਤੀਫ ਸ਼ੇਖ ਬੰਦਾ ਸੀ ਉਹਨੇ ਜ਼ਮੀਨ ਦਿੱਤੀ ਸੀ ਇਹ ਬੂਟਾ ਪਿੰਡ ਦੇ ਵਿੱਚ ਸੀਗਾ ਪਿੰਡ ਮੁਹੱਲਾ ਉਹਦੇ ਨਾਮ ਦੇ ਉੱਪਰ ਲਤੀਫਪੁਰਾ ਬਣ ਗਿਆ 1947 ਤੋਂ ਪਹਿਲਾਂ ਦਾ ਪਿੰਡ ਬਣਿਆ ਹੋਇਆ ਜੀ ਇਹ ਉਹ ਮੇਰੇ ਕੋਲ ਲਿੰਕ ਲੈ ਲਓ ਉਹਨਾਂ ਨੇ ਇਕੱਲੇ ਇਕੱਲੇ ਪਿੰਡ ਗਿਣਾਏ ਨੇ ਇਸ ਪਿੰਡ ਬਾਰੇ ਸਾਰਾ ਕੁਝ ਦੱਸਿਆ ਹੋਇਆ ਕੌਣ ਕੌਣ ਇੱਥੇ ਰਹਿੰਦਾ ਸੀ ਵਿਦ ਨਾਮ ਸਾਰਾ ਗਿਣਾਇਆ ਹੋਇਆ
वह लिंक थोड़ा मैं प्रोवाइड करवा दूंगा। जी बिल्कुल, तो यह तस्वीर तुम दिखाइया एक पास मकान टाए हुए ने दूजे पास लोग बैठे हुए ने अपने टाए हुए मकाना के बाहर। 1947 की वंड वेले लोग इतने आए थे जिस तरह भाजी होर ने भी दसिया कि यदा नाम भी जो 1947 तो पहले ही यह पिंड जो इतने बनया हुआ है। वधेरे अपडेट्स जुड़ो कैमरामैन संदीप सिंह सनमजीत सिंह पलर रोजाना स्पोक्समैन जलंधर।